ठीक है बाबा जी, धन्यवाद। गल जी, अज जी सू एक बाबे नाल मिलाउण जा रहे हैं जिन्होंने की मन के चलो भी पंजाब दा वह सभ्याचार बचा के रखा भी जो कि एक लुप्त हो गया। ठीक है ना। दूजी गल जी इन्हां दी इह मन के चलो भी ये सफर पैर भी सैकल ती करदे जिथे साडे वर्गे नौजवान नौजवान पीढ़ी भी मोटरसाइकिल तो बिना पैर नहीं रखती धरती ते, कुछ भी करदी आ मोटरसाइकिल तो बिना, मन के मोटरसाइकिल ते ही जांदे आ उह करदे आ। ते बाबा जी मन के चलो भी हुण तलवंडी नूं जा रहे सी ते इह सारा कुछ साइकिल दी तोरा फेरा करते जी। बाबा की कहना चाहुंदे जी, तुसीं की कहना चाहुंदे जी अजकल दी नौजवान पीढ़ी नूं? अज ना कल दी नौजवान पीढ़ी नूं यही कह रहे बेटा। हां जी, साम लो पंजाबी जे साम सकदे। सही गल है जी, विरसा बिछड़ जा जा। सही गल है जी। हां जी, ते विरसा हुंदा जांदा खत्म। हां जी हां जी, आपां महाराज दे हुकम नाल जिन्ने चिर रहांगे। ठीक है जी, चाहे मरने ते जाना चाहे धरने ते जाना। ठीक है जी, ठीक है जी। गमी ते जाना सर्दी ते जाना है, असि ऐसे रूप च होके जाना है। ठीक है जी, 24 घंटे अपना विरसा यही रहूगा। ठीक है जी, ठीक है। तड़के तो बस तैयार होने लग जाने, कोई कम नहीं करना। ठीक है जी, उस बाद साइकिल चलाना। किन्नी उम्र होगी बाबा जी छोटी? उम्र होगी 75 माह चलता है। 75 साल। हाँ, 1947 का जन्म जो अपना देश याद होया। ठीक है जी। भादो का महीना सी, बड़ा टुकी का जोर सी। अच्छा जी, 1960 ਜਿਵੇਂ ਪੱਟੀ ਗੱਡੀ ਦਿੰਦੇ ਹੁਣ। ਹਾਂਜੀ, 10-15 ਲੱਖ ਵਾਲੀ। ਠੀਕ ਹੈ ਜੀ, ਐ ਮੰਨਦੇ ਸਾਈਕਲ ਨੂੰ। ਠੀਕ ਹੈ ਜੀ, ਤੇ ਨਾਲੇ ਪਾਇਆ ਸੀ ਕੰਠਾ ਸੋਨੇ ਦਾ। ਠੀਕ ਹੈ ਜੀ, ਚਾਰੇ ਚੀਜ਼ਾਂ ਦਾਜ ਦੇ ਵਿੱਚ 1960 ਵਿਆਹ ਹੋਇਆ ਸੀ। ਤੇ ਬਾਬਾ ਜੀ ਹੁਣ ਇਹਨਾਂ ਚੀਜ਼ਾਂ ਨੂੰ ਤਾਂ ਮੰਨ ਕੇ ਚੱਲ ਅੱਜ ਕੱਲ ਦੀ ਪੀੜੀ ਜਾਣਦੀ ਨੀ ਹੈ। ਇਹ ਕੀ ਹੈ ਕੈਂਠਾ, ਕਿਹਨੂੰ ਕਹਿੰਦੇ ਹੁੰਦੇ ਆ? ਦੇਖ ਲੋ ਬਾਈ ਜੀ, ਇਹਨੂੰ ਕਹਿੰਦੇ ਇਹ ਦਿਖਾਉਣ ਦੀ ਖਤਰੀ। ਠੀਕ ਹੈ ਨੀ। ਕਿਹੜਾ ਪਿੰਡ ਆ ਬਾਬਾ ਜੀ ਆਪਣਾ? ਨੱਤ ਆ ਜੀ। ਅੱਛਾ ਜੀ, ਕਿੱਧਰ ਚੱਲੇ ਸੀਗੇ? ਕਿੱਧਰ ਚੱਲੇ ਸੀਗੇ ਜੀ? ਹੁਣ ਚੱਲਦੇ ਆ ਬਾਬਾ ਜੀ। ਤੁਹਾਡੇ ਕੋਲ ਹੋਰ ਵੀ ਪੱਤਰਕਾਰ ਕੋਈ ਵੀ ਤੁਹਾਡਾ ਮਾਣ ਸਨਮਾਨ ਕਰਦੇ ਹੋਣਗੇ? ਘਰੇ ਆ ਕੇ ਵੀਡੀਓ ਬਣਾ ਕੇ ਜਾਂਦੇ ਤੇ ਆ ਤੁਹਾਡੀਆਂ ਫੋਟੋਆਂ ਮੰਨ ਕੇ ਚਲੋ ਵੀ ਜਿਨ੍ਹਾਂ ਨੇ ਮਹਾਨ ਸਿੱਖਸੀਆਂ ਖਿੱਚੀਆਂ ਹੋਈਆਂ ਨਾ। ਆ ਪਰਿਵਾਰ ਦੀ ਫੋਟੋ ਬਾਬਾ ਜੀ ਤੁਹਾਡੇ? ਆ ਸਾਡੇ ਪਰਿਵਾਰ ਦੀ ਹੈ। ਅੱਛਾ ਜੀ, ਆ ਮੂਰਤੀ ਆ। ਠੀਕ ਹੈ ਜੀ। ਅੱਛਾ ਜੀ, ਆ ਫੋਟੋ ਆ ਜਿਹੜੀ ਇਹ 15 ਅਗਸਤ ਦੀ ਸੀ, ਇਹਨੂੰ ਕਈ ਸਾਲ ਹੋ ਗਏ। ਠੀਕ ਹੈ ਜੀ, ਸਨਮਾਨਿਤ ਕਰਦੇ ਸੀ 26 ਜਨਵਰੀ ਤੇ ਵੀ, ਹੁਣ ਤਾਂ 200 ਲੈ ਕੋਈ ਲੱਗਦੇ ਜੀ। ਠੀਕ ਹੈ ਜੀ, ਠੀਕ ਹੈ। ਸਾਈਕਲ ਨੂੰ ਵਧੀਆ ਬਣਾ ਕੇ ਰੱਖਿਆ ਬਾਬਾ ਜੀ ਕੋਕਾ ਆਪਣਾ ਉਸਤੇ ਰਾਸ਼ਟਰ ਮੇਲੇ ਤੇ ਵੀ ਜਾਂਦੇ ਬਠਿੰਡੇ। ਅੱਛਾ ਜੀ, ਸਾਈਕਲ ਤੇ ਹੀ। ਠੀਕ ਹੈ, ਟੂਰਨਾਮੈਂਟਾਂ ਤੇ ਜਾਂਦੇ ਜਿੱਥੇ ਵੀ ਕੋਈ ਪ੍ਰੋਗਰਾਮ ਸਾਦਰੇ। ਠੀਕ ਹੈ, ਉੱਥੇ ਹੀ ਸਾਈਕਲ ਤੇ ਜਾਣਾ। ਤੇ ਸਾਈਕਲ ਨੂੰ ਪੂਰਾ ਵਧੀਆ ਸਜਾ ਕੇ ਬਾਬਾ ਰੱਖਦਾ ਜੀ, ਆਹ ਦੇਖ ਲੋ ਪੂਰਾ ਐ ਵਧੀਆ ਦੇਖ ਲੋ ਜੀ। ਇਹ ਕੱਲਾ ਬਾਬਾ ਪੰਜਾਬ ਦੇ ਵਿੱਚ ਰਹਿ ਗਿਆ ਜਿਨ੍ਹਾਂ ਨੇ ਕੀ ਮੰਨ ਕੇ ਚੱਲੋ ਵੀ ਆਪਣੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ। ਹੋਰ ਕੋਈ ਅੱਜ ਕੱਲ ਦਾ ਮੰਨ ਕੇ ਚੱਲ ਵੀ ਨਵੀਂ ਪੀੜ੍ਹੀ ਨੂੰ ਤਾਂ ਪਤਾ ਹੀ ਨੀ ਵੀ ਕੀ ਟੌਰਾ ਹੁੰਦਾ ਵੀ ਕੀ ਕੈਂਠਾ ਹੁੰਦਾ ਵੀ, ਉਹ ਅੱਜ ਕੱਲ ਦੇ ਮੋਬਾਈਲਾਂ ਦੇ ਵਿੱਚ ਹੀ ਖੋ ਕੇ ਰਹਿ ਗਏ ਵੀ, ਹਨਾ ਵੀ ਸੋਸ਼ਲ ਮੀਡੀਆ ਦੇ ਵਿੱਚ ਹੀ ਪੜ੍ਹ ਕੇ ਬਹਿ ਗਏ, ਕੋਈ ਉਹਨਾਂ ਨੂੰ ਪਤਾ ਨੀ। ਨਾਲੇ ਅੱਜ ਕੱਲ ਦੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਵੀ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ। ਠੀਕ ਹੈ ਨਾ, ਵੀ ਉਹ ਚੀਜ਼ਾਂ ਸਿੱਖੋ ਜਿਹੜੀਆਂ ਮੰਨ ਕੇ ਚੱਲ ਸਿੱਖਣੀਆਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਠੀਕ ਹੈ ਨਾ, ਆਪਾਂ ਸੋਚਦੇ ਉਹ ਚੀਜ਼ਾਂ ਬਾਰੇ ਆ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਦੂਜੀਆਂ ਚੀਜ਼ਾਂ ਬਾਰੇ ਆਪਾਂ ਸਿੱਖ ਰਹੇ ਆ ਬਾਹਰਲੀਆਂ ਚੀਜ਼ਾਂ ਬਾਰੇ, ਆਪਾਂ ਨੂੰ ਆਪਦੇ ਪੰਜਾਬ ਦੇ ਵਿਰਸੇ ਬਾਰੇ ਪਤਾ ਨਹੀਂ, ਆਪਦੇ ਪੰਜਾਬ ਦੀਆਂ ਚੀਜ਼ਾਂ ਬਾਰੇ ਪਤਾ ਨਹੀਂ। ਤੇ ਆ ਬਾਬੇ ਨਾਲ 2-4 ਗੱਲਾਂ ਹੋਰ ਸਾਂਝੀਆਂ ਕਰਦੇ। ਹੋਰ ਦੱਸੋ ਬਾਬਾ ਜੀ, ਆਪਣੇ ਪੰਜਾਬ ਦੇ ਲੋਕਾਂ ਬਾਰੇ ਵੀ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੇ ਜਿਹੜੇ ਦੇਖ ਰਹੇ? ਬੇਟਾ ਕਹਿੰਦੇ ਆ ਪਰ ਕੋਈ ਮੰਨ ਨਹੀਂ ਰਿਹਾ ਅੱਜ ਕੱਲ। ਹਾਂਜੀ ਹਾਂਜੀ, ਤੇ ਵੀ ਪੱਗ ਭਾਈ, ਪੱਗ ਪੰਜਾਬ ਦੀ ਇੱਜ਼ਤ ਆ। ਠੀਕ ਹੈ, ਪੱਗ ਨਾ ਹਰੇ ਕਿਤੇ ਤੁਰਿਆ ਜਾ। ਹਾਂਜੀ, ਪੱਗ ਵਾਲੇ ਬੰਦੇ ਨੂੰ ਸਰਦਾਰ ਜੀ ਕਹਿਣਗੇ। ਠੀਕ ਹੈ ਜੀ, ਤੇ ਜਿੱਤਲਾ ਮਨਾਉਣਗੇ। ਸਹੀ ਹੈ ਬਾਬਾ ਜੀ, ਸਹੀ ਠੀਕ ਹੈ ਨਾ। ਤੇ ਬਾਕੀ ਜਮਲੇ ਨੇ ਵੀ ਗਾਇਆ। ਹਾਂਜੀ,
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਸਹੀ ਗੱਲ ਹੈ ਲੁੱਟਵਾ ਨੇ ਲੁੱਟ ਲਿਆ ਅੱਜ ਤੇਰਾ ਮਾਲ ਓਏ ਸਹੀ ਗੱਲ ਹੈ ਸਿਰ ਉੱਤੇ ਤੇਰੇ ਸੋਹਣੀ ਜਿੱਤਾਂ ਦੀ ਪੱਗ ਓਏ ਇੱਕ ਪਾਸੇ ਤੂੰ ਕੱਲਾ ਇੱਕ ਪਾਸੇ ਜੱਗ ਓਏ ਸਹੀ ਗੱਲ ਹੈ ਜ਼ਿੰਦਗੀ ਤੇ ਮੌਤ ਦਾ ਤੂੰ ਕਰ ਲੈ ਖਿਆਲ ਓਏ ਠੀਕ ਹੈ ਜੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬਾਬਾ ਜੀ ਮੰਨ ਕੇ ਚੱਲ ਵੀ ਆਪਣੇ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਕੌਣ ਕੌਣ ਹੈ ਜੀ ਤੁਹਾਡੇ ਬੱਚੇ ਬੁੱਚੇ ਬੱਚੇ ਜੀ ਸਾਡੇ ਦੋ ਮੁੰਡੇ ਆ ਦੋ ਕੁੜੀਆਂ ਵਿਆਹੇ ਹੋਏ ਨੇ ਉਹਨਾਂ ਦੇ ਜਵਾਕ ਚੱਲੇ ਸੁਖਨਾ ਅੱਛਾ ਜੀ ਗਬਰੂ ਨਾ ਉਤਾ ਵਿਆਹ ਜਾ ਕੇ ਸਾਡੇ ਕੋਲੇ ਰਹਿੰਦੇ ਇੱਥੇ ਅੱਛਾ ਜੀ ਮੁੰਡੇ ਰਹਿੰਦੇ ਰਾਜਸਥਾਨ ਚ ਠੀਕ ਹੈ ਜੀ ਅੰਗਰ ਕਿਤੋਂ ਪੜਿਆ ਸਾਹਿਬ ਬਣੀ ਅੱਛਾ ਜੀ ਉੱਥੇ ਇੱਥੇ ਕਿਤੇ ਜਾਣਾ ਮੈਂ ਠੀਕ ਹੈ ਜੀ ਅੱਠ ਨੂੰ ਮੈਂ ਆਰਾਮ ਨਾਲ ਪਹੁੰਚ ਜਾਣਾ ਰਾਹ ਚ ਠੀਕ ਹੈ ਜੀ ਵੀਡੀਓ ਬਣਾਉਂਦੇ ਆ ਤੁਹਾਡਾ ਰਿਕ ਮੁੰਡੇ ਖੜਾ ਕੇ ਠੀਕ ਹੈ ਜੀ ਠੀਕ ਹੈ ਟੱਕਾਂ ਵਾਲੇ ਹੋਟਲ ਵਾਲੇ ਆ ਗਿਆ ਜਾਓ ਆਪਾਂ ਚਾਹ ਪੀ ਲਓ ਅੱਛਾ ਜੀ ਨਾਲੇ जुत्ती तेरी सियासी जमिया रहे ने ठीक है जी लाची नो कट दी कारीगर भारे ने मोरनिया पाइया उत्थे गजबां दे मारे ने बाबा जी फिर जुत्ती तुसी आप खुद बनवाने आ के मिल जांदियां है बेटा हुन मैं जुत्ती दा मारे जाना सिंगो अच्छा जुत्ती दे मारे जाने इसका नु फोन नंबर हैगा के स्पेशल बनवाने जी हां स्पेशल बनवाने आ तलमंडी दा बनाई आ पहलो अच्छा जी दो जुत्तियां होर बनिया करे हार तो बनाणा अच्छा ते बाबा जी फिर रेडुआ कोई मोबाइल मोबाइल भी नहीं होना छोटे कोले ना मोबाइल हैगी आ अच्छा मोबाइल भी रख दियो ना बाकी मनोरंजन जी बाबे का ठीक है नी हरेक चीज पुरानी रख दिया बाबा कोई ऐसे जी कोई गल नहीं मन के चलो भी अच्छा जी एफएम जी हां जी ठीक है जी ओ ठीक है बाबा जी ठीक है जी ओके चलो बाबा जी धन्यवाद ठीक है जी बाबा जी ठीक है जी हां जी अपने लिए तू कंठा कढ़ा लिया हाँ जी मैनू भी कढ़ा दे एक छला मुंडिया हाँ जी अपने लिए तो तू कंठा कढ़ा लिया हाँ जी मैनू भी कढ़ा दे एक छला मुंडिया नहीं तो रोएगा सियाल विच कला मुंडिया हां पर डोल की झांझरा वाली कंठे वाला तिलक गया हां जी हुण गिरदी फुल वाल के कंठे वाला पुछे तेरे ना सही गल है बाबा जी कंठे वाला आ गया प्रौणा हां जी माए तेरे कम ना मुके हां जी कुंजिया फड़ा माए कढ़ानी संदूक विचो हां जी कुंजिया वाला रेशमी बिछाउणा ठीक है जी माए तेरे कम ना मुके कंठे वाला आ गया प्रौणा ठीक है जी चलो बाबा जी सस्री काल जी हो ठीक है जी बस ठीक है जी ठीक है ठीक है जी हां देख लो बाबे दा जी इतिहास दिखाउणे तुहानू बाबे दी एक मिनट इत्थों लेके हां जी आ बन्ने तो हां जी इत्थों ताई हां जी 20-25 साल फिर भी करे हाल बा है हां जी यात्रा साइकिल से टोकरी जीरो का बाया हां जी हर बात हां जी नीर सिंह नत ठीक है जी ठीक है अमले वाला ठीक है जी आ लिखा ना सारा हां जी हां जी आ पढ़ ले जी आ देख लो जी पढ़ सकते हो ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਆ ਦੇਖ ਲੋ ਹਾਂ ਜੀ ਬਾਬਾ ਇਹ ਹੀ ਵਰਕ ਹੈ ਇਹਦੇ ਦੂਜੇ ਪਾਸੇ ਆ ਦੇਖ ਠੀਕ ਹੈ ਯਾ ਤੁਸੀਂ ਖੜੇ ਹੋ ਜੀ ਹਾਂ ਜੀ ਹਾਂ ਜੀ ਆ ਸੇ ਆ ਸਾਈਕਲ ਹੈ ਆ ਦੇਖੋ ਜੀ ਬਾਬੇ ਜੀ ਨੂੰ ਸਨਮਾਨ ਰੂਪ ਸਿੰਘਲਾ ਅੱਛਾ ਜੀ ਸਨਮਾਨ ਕਰ ਰਹੇ ਨੇ ਠੀਕ ਹੈ ਜੀ इधर भी है जी बाबा जी कुछ नहीं बस अपना आही वर्क है अच्छा जी वैसे तो 52 कमियां दी किताब है अच्छा जी जेड़े दे विचो पर सत चल गई ठीक है जी आ देख साडा गुरपाई सी अच्छा जी ऊंचा पहलवान भागी बंदर ठीक है जी आ देख फोटो दी आहा ठीक है जी आहा दोनों फोटो मौदियां ठीक है जी पहलवान भी रहे डाली भी करता रहे छमला मन के रखदा था हर वे जिथे सी जाना इकट्ठे जांदे दोने ठीक है टूर्नामेंटा ते विराट मेले ते ਉਹ ਚੜਾਈ ਕਰ ਗਿਆ ਉਹਨੂੰ 4-5 ਸਾਲ ਹੋ ਗਏ ਸ਼ੂਗਰ ਸੀਗਾ ਨੂੰ ਅੱਛਾ ਜੀ ਮੇਰਾ ਹਾਣੀ ਸੀ ਅੱਛਾ ਜੀ ਤੁਹਾਡੇ ਬਹੁਤ ਬਹੁਤ ਲੀਡਰਾਂ ਨੇ ਵੀ ਸਨਮਾਨਿਤ ਕੀਤਾ ਜੀ ਤੁਹਾਡਾ ਤੇ ਸੱਭਿਆਚਾਰ ਮੇਲਿਆਂ ਦੇ ਵਿੱਚ ਵੀ ਜਾਂਦੇ ਹੋਵੋਗੇ ਤੁਸੀਂ ਹਨਾ ਤੇ ਗੁਰਦੁਆਰੇ ਜਾਣਾ ਹੈ ਹਾਂਜੀ ਕਚਹਿਰੀਆਂ ਜਾਣਾ ਬਠਿੰਡੇ ਜਾਣਾ ਹੈ ਕਚਹਿਰੀਆਂ ਚ ਹਾਂਜੀ ਇੱਥੇ ਵੀ ਇਹੀ ਜਾਣਾ ਹੈ ਹਾਂਜੀ ਬਾਹਰ ਅੰਦਰ ਵੀ ਗੁਰਦੁਆਰਿਆਂ ਚ ਕਿਸੇ ਰਾਜ ਚ ਤੇ ਸੂਰਤਗੜ੍ਹ ਕਚਹਿਰੀਆਂ ਚ ਜਾਂਦੇ ਰਹੇ ਹਾਂ ਗੰਗਾ ਨਗਰ ਅੱਛਾ ਜੀ ਐਸੇ ਲੋਕ ठीक है जी बाबा जी चलो